ਰਿਕਵਰੀ ਕਰਤਾ ਸਾਰਾ ਕੰਪਲੀਟ ਤੇ ਕਿਹਲੇ ਪੱਲੇ ਵੀ ਲਾਤੇ ਤੇ ਬੈਕ ਵਾਲਾ ਵੀ ਲਾ ਕੇ ਦੇਖ ਲਿਆ ਆਪਾਂ ਲਾਤਾ ਸੀਗਾ ਤੇ ਜਿਹੜੇ ਇਹਦੇ ਉੱਤੇ ਪਿੱਛੇ ਡਿਜ਼ਾਈਨ ਜੇ ਲੱਗਣਗੇ ਇੱਕ ਦੋ ਉਹ ਵੀ ਇੱਕ ਵਾਰੀ ਆਪਾਂ ਲਾ ਕੇ ਦੇਖ ਲਿਆਗਾ ਤੇ ਹੁਣ ਇਹਦੇ ਪੇਚ ਖੋਲਦੇ ਹਾਂਗੇ ਤੇ ਇਹਨੂੰ ਕਵਰ ਕੁਵਰ ਚਾੜਦੇ ਹਾਂ ਗਰੈਂਡਰ ਗਰੁੰਡਰ ਲਾਤਾ ਸੀਗਾ ਆਹ ਚੀਜ਼ਾਂ ਜਾਂ ਤੇ ਹੁਣ ਉੱਪਰੋਂ ਛਾਤਰੀ ਵੀ ਖੋ ਛਾਤਰੀ ਤਾਰ ਦਿੰਦੇ ਹੈਗੇ ਛਾਤਰੀ ਲਾਵਾਂਗੇ ਬਾਅਦ 'ਚ ਵਾਇਰਿੰਗ ਵੂਇਰਿੰਗ ਕਰਕੇ ਸਾਰੀ ਤੇ ਬਣ ਗਿਆ ਪੂਰਾ ਓਕੇ ਤੇ ਹਾਲੇ ਮੁੰਡਾ ਕੋਈ ਆਇਆ ਨਹੀਂ ਹੈਗਾ ਜਸ਼ਨ ਉਹਦੀ ਆਉਣ ਵਾਲੀ ਆਉਣਗੇ ਬਸ ਅਤੇ ਉਸ ਤੋਂ ਬਾਅਦ ਅੱਜ ਦੇਖ ਦੇਵਾਂਗੇ ਕਰ ਦਾਂਗੇ ਤਾਂ ਅੱਧਾ ਰੈਡੀ ਕੱਪੜਾ ਚੜ੍ਹ ਕੇ ਅਤੇ ਇੰਨੇ ਖੋਲ ਦੇਵਾਂਗੇ ਛਾਤਰੀ ਛਾਤਰੀ ਦੋ ਨੜ ਤਾਂ ਪਿਛਲੇ ਖੋਲ੍ਹੇ ਹੀ ਪਏ ਨੇਗੇ ਮੂਹਰੇ ਮੂਹਰੇ ਵਾਲੇ ਖੋਲ੍ਹਣੇ ਰਹਿੰਦੇ ਨੇ ਦੋ ਅਤੇ ਖੋਲ੍ਹ ਕੇ ਛਾਤਰੀ ਤਾਰ ਦਿੰਦੇ ਹੈਗੇ ਹੁਣ ਅਤੇ ਚਲੋ ਤਾਂ ਮੈਂ ਤੁਹਾਨੂੰ ਛਾਤਰੀ ਖੋਲ੍ਹ ਲਈ ਲਓ ਫਿਰ ਛਾਤਰੀ ਦਿੱਤੀ ਆ ਖੋਲ੍ਹ ਅਤੇ ਦੇਖੋ ਬਿਨਾਂ ਛਾਤਰੀ ਤੋਂ ਕਿਵੇਂ ਲੱਗਦਾ ਹੈਗਾ ਕੁਝ ਹੋਰ ਦੇ ਹੀ ਲੱਗਦਾ ਹੈਗਾ ਬਿਨਾਂ ਛਾਤਰੀ ਦਾ ਕੁਝ ਛਾਤਰੀ ਤਾਰੀ ਉਹਨੂੰ ਧੋ ਧੋ ਕੇ ਅਤੇ ਵਾਇਰਿੰਗ ਵੂਇਰਿੰਗ ਕਰਕੇ ਸਾਰਾ ਕੁਛ ਓਕੇ ਕਰਕੇ ਫਿਰ ਬਾਅਦ 'ਚ ਕਸਾਂਗੇ ਉਹਨੂੰ ਚਲੋ ਦੇਖਦੇ ਹਾਂ ਹੁਣ ਕੱਪੜਾ ਲੈ ਕੇ ਆਉਂਦੇ ਕਿਸ ਹਿਸਾਬ 'ਚ ਕੱਪੜਾ ਚਾੜਦਾ ਪਹਿਲਾਂ ਇਹਦੇ ਉੱਤੇ ਅਤੇ ਆਹ ਇੱਕ ਇੱਕ ਪੇਜ ਰਹਿ ਗਿਆ ਖੋਲ੍ਹਣ ਨਾਲ ਬਾਕੀ ਤਾਂ ਸਾਰੇ ਖੋਲ੍ਹਤੇ ਇਹਦੇ ਪੱਲੇ ਮੈਂ ਆਹ ਇੱਕ ਇੱਕ ਪੇਜ ਰਹਿ ਗਿਆ ਇਹ ਖੋਲ੍ਹਦੇ ਪਏ ਹੈਗੇ ਅਤੇ ਉਸ ਤੋਂ ਬਾਅਦ ਤਾਰ ਦਾਂਗੇ ਸਾਰੇ ਨੂੰ ਤਿੰਨ ਨਾਲ ਦੇ ਮੁੰਡੇ ਆ ਜਾਣਗੇ ਲੋ ਮਿੱਤਰੋ ਲੈਦਰ ਲਾਉਣ ਲੱਗੇ ਸੀਗੇ ਪੱਲਿਆਂ 'ਤੇ ਅਤੇ ਐੱਸ ਆਰ ਲਾ ਕੇ ਸਟੈਪਲਰ ਲਾਈ ਜਾਂਦੇ ਹਾਂ ਇੱਕ ਪੱਲਾ ਦਾ ਨਿਬੇੜਤਾ ਜੀ ਵਿਚਾਲੇ ਜਿਹੜਾ ਆਪਾਂ ਡਿਜ਼ਾਇਨ ਪਾਇਆ ਉਹ ਕੱਟ ਪਾਣੇ ਰਹਿ ਗਏ ਉਹ ਬਸ ਆਹ ਤਿੰਨ ਪੱਲੇ ਨੇ ਆਪਣੇ ਇਹ ਸਾਰੇ ਪਹਿਲਾਂ ਲਾ ਕੇ ਸਟੈਪਲਰ ਲਾ ਕੇ ਫਿਰ ਇਹਨਾਂ ਦੇ ਜਿਹੜੇ ਡਿਜ਼ਾਇਨ ਨੇ ਆ ਜਿਵੇਂ ਆਪਾਂ ਨੇ ਆਹ ਪਾਏ ਹੋਏ ਨੇ ਦੇਖੋ ਇਹਨਾਂ ਕੱਟ ਦਾਂਗੇ ਬਾਕੀ ਓਕੇ ਦੀ ਰਿਪੋਰਟ ਹੋਇਆ ਪਿਆ ਕੰਮ ਆਹ ਖੁਸ਼ਕ ਲੈਦਰ ਬਚ ਗਈ ਕੁਛ ਉਹ ਤਾਜ ਜਿਹੇ ਨੇ ਆਪਣੇ ਦੋ ਜਿਹੜੇ ਬਣਾਏ ਸੀਗੇ ਕਿੰਗ ਜੇ ਵਾਲੇ ਉਹਨਾਂ 'ਤੇ ਲਾ ਦਾਂਗੇ ਲਓ ਵੀਰੋ ਅਤੇ ਮੋਰਲੇ ਪੱਲੇ 'ਤੇ ਲਾ ਦਿੱਤੀ ਆ ਲੈਦਰ ਅਤੇ ਇਹ ਤਾਂ ਕਰਤਾ ਜੀ ਕੰਪਲੀਟ ਅਤੇ ਬਸ ਇਹਦੀ ਕਟਿੰਗ ਕਟਿੰਗ ਕਰਨੀ ਰਹਿ ਗਈ ਵਿੱਚੋਂ ਵਿੱਚੋਂ ਅਤੇ ਇੱਕ ਪੱਲਾ ਰਹਿੰਦਾ ਹੈਗਾ ਅਤੇ ਇੱਕ 'ਤੇ ਲਾ ਦਿੱਤੀ ਅਤੇ ਐਨ ਕਟਿੰਗ ਵੀ ਕਰਤੀ ਉਹਦੇ ਵਿੱਚੋਂ ਅਤੇ ਕਟਿੰਗ ਦੇਖਣ ਵਾਸਤੇ ਕਰੀ ਵੀ ਕਿਵੇਂ ਲੱਗਦਾ ਬਾਕੀ ਗੱਲ ਅਤੇ ਜਾਲੀ ਦੇ ਵਿੱਚ ਲਾਵਾਂਗੇ ਸਪੀਕਰ ਦੀ ਜਗ੍ਹਾ 'ਤੇ ਦੇਖੀ ਲਾ ਕੇ ਕਿਵੇਂ ਲੱਗਦੀ ਆ ਐਵੇਂ ਕਟਿੰਗ ਕਰਕੇ ਇਹਦੇ ਵਿੱਚ ਜਾਲੀ ਲਾ ਦਾਂਗੇ ਬਣਾ ਦਾਂਗੇ ਐਂਡ ਗੱਲਬਾਤ ਅਤੇ ਦੋਨੇ ਹਾਂ ਉਹਦੇ ਸਪੀਕਰ ਵਾਲੇ 'ਚ ਅਤੇ ਇਹਦੇ ਦੋਨੇ ਸਾਈਡਾਂ ਦੇ 'ਚ ਜਾਲੀ ਆਵਾਂਗੇ ਅਤੇ ਸਵੇਰੇ ਕਟਿੰਗ ਕਰਾਂਗੇ ਹੁਣ ਦਸ ਵੱਜ ਗਏ ਨਾ ਰੋਟੀ ਰੂਟ ਕਰਨੇ ਹੈਗੇ ਅਤੇ ਸੌਣ ਦਾ ਟਾਈਮ ਹੋ ਰਹੇਗਾ ਅਤੇ ਬਾਕੀ ਮਿਲਦੇ ਹਾਂ ਸਵੇਰੇ ਟਾਈਮ ਨਾਲ ਉੱਠ ਅੱਠ ਕੇ ਨਾਲ ਤਾਂ ਇਹਦੀ ਕਟਿੰਗ ਕਰਾਂਗੇ ਅਤੇ ਇਹਨੂੰ ਕੰਪਲੀਟ ਕਰ ਦਾਂਗੇ ਅਤੇ ਹੋਰ ਕੀ ਕਹਿੰਦਾ ਆਪਣਾ ਅਸੀਂ ਤਾਂ ਕੱਪੜਾ ਜ਼ਿਆਦਾ ਹੈਗਾ ਤਾਜ਼ੀਆਂ ਅਤੇ ਪਿਛਲੀਆਂ ਅਤੇ ਕਾਫੀਆਂ ਕਾਂਟੇ ਵੀ ਆ ਲਈਆਂ ਐਵੇਂ ਲਾਵਾਂਗੇ ਅਤੇ ਫੋਟੋ ਪਿੱਛੇ ਲੈਣ ਵਾਸਤੇ ਬੰਨੀ ਦੇਤੀ ਆ ਫੋਟੋ ਤੁਹਾਨੂੰ ਦਿਖਾਵਾਂਗੇ ਫੋਟੋ ਬਣਾਈ ਆ ਬਹੁਤ ਸਾਰਾ ਹਾਂ ਇਹ ਲੱਗੂ ਇਵੇਂ ਜਚਾ ਦਾਂਗੇ ਫਿਰ ਖੜਾ ਚੱਲ ਉਹਨੂੰ ਕੱਪੜਾ ਲਾਉਣ ਤੋਂ ਬਾਅਦ ਲਾਵਾਂਗੇ ਇੰਨਾ ਨਾ ਉਹ ਕਰ ਕੋਈ ਨਾ ਕੋਈ ਨਾ ਇਹਦਾ ਵਿੱਚ ਆਊਗਾ ਬਦਲਦਾ ਵੀ ਨਹੀਂ ਜਚਾ ਦਾਂਗੇ ਖੜਾ ਅਤੇ ਚਲੋ ਮਿਲਦੇ ਆ ਸਵੇਰੇ ਹੁਣ ਇਹਦੇ ਵੀ ਜਾਣ ਦਾ ਟਾਈਮ ਹੋ ਰਿਹਾ ਹੈਗਾ ਇਹ ਰੋਂਦਾ ਤੈਨੂੰ ਪਤਾ ਜ਼ਿਆਦਾ ਹੁੰਦਾ ਥੋੜ੍ਹਾ ਜਿਹਾ ਹੈ ਨਾ ਸਵੇਰੇ ਟਾਈਮ ਨਾਲ ਸਵੇਰੇ ਟਾਈਮ ਨਾਲ ਆ ਜੀ ਠੀਕ ਆ ਓਕੇ ਚਲੋ ਮਿਲਦੇ ਹਾਂ ਸਵੇਰੇ ਓਕੇ ਬਾਏ ਲਓ ਵੀਰੋ ਕਰ ਦਿੱਤਾ ਸਾਰਾ ਆਪਣੇ ਅੱਜ ਫਿੱਟ ਅਤੇ ਕਰੋ ਚੈੱਕ ਕਿਵੇਂ ਰੱਖਿਆ ਤਾਂ ਤੁਸੀਂ ਕੱਪੜਾ ਦੇਖੋ ਕੱਪੜਾ ਕਿੰਨਾ ਕਿਵੇਂ ਦਾ ਚੜ੍ਹਿਆ ਹੈਗਾ ਕੈਂਟ ਗੱਲਬਾਤ ਅਤੇ ਆਹ ਸਾਈਡ 'ਤੇ ਕਰਾਉਣ ਲਗਾਏ ਨੇਗੇ ਅਤੇ ਅੱਗੋਂ ਦੇਖੋ ਫੁੱਲ ਡਿਜ਼ਾਇਨ ਕਿਵੇਂ ਜਿਹਾ ਬਣਿਆ
ਉੱਤੇ ਵਾਲਾ ਲੱਗ ਗਿਆ ਸਿਰਾ ਅਤੇ ਛਾਤਰੀ ਹਜੇ ਖੋਲੀ ਪਈ ਹੈਗੀ, ਛਾਤਰੀ ਆ ਪਈ ਹੈ ਖੋਲੀ ਅਤੇ ਇਹਨੂੰ ਕੱਲ੍ਹ ਸਵੇਰੇ ਕਸਾਂਗੇ, ਦੇਖਦੇ ਹੈਗੇ। ਅਤੇ ਬਾਕੀ ਲੱਗ ਗਿਆ ਸਿਰਾ ਗੱਲਬਾਤ ਐਮ, ਅਤੇ ਪਿੱਛੋਂ ਫੋਟੋ ਹਲੇ ਸਪਲਿੰਟਰ ਉਹਨਾਂ ਨੇ ਦਿੱਤੀ ਹੈਗੀ ਅਤੇ ਉਹ ਹਜੇ ਬਣ ਕੇ ਆਈ ਨਹੀਂ ਸੀਗੀ, ਇਸਲਈ ਪਿੱਛੋਂ ਹਲੇ ਆਈ ਛੱਡਿਆ ਹੋਇਆ ਹੈਗਾ ਸਾਰਾ, ਲਾਈਟ ਨਾ ਆਉਣ ਕਰਕੇ ਥੋੜ੍ਹਾ ਜਿਹਾ ਘੱਟ ਦਿਖ ਰਿਹਾ ਹੈਗਾ। ਅਤੇ ਬਾਕੀ ਸਭ ਓਕੇ ਕਰਤਾ, ਅਤੇ ਵੈਸੇ ਇਹਦੇ ਉੱਪਰ ਉੱਪਰ ਬੰਦ ਕਰਨਾ ਪੈਂਦਾ, ਉੱਪਰਲੀ ਪੱਟਾ ਲਾਉਣ ਪੱਟੀ ਲਾਉਣ ਵਾਲੀ ਰਹਿੰਦੀ ਹੈ ਜੀ। ਅਤੇ ਤੁਹਾਨੂੰ ਚਲਾ ਕੇ ਵੀ ਦਿਖਾਉਂਦੇ ਕਿ ਰਾਤ ਵੀ ਹੈਗੀ ਅਤੇ ਲਾਈਟ ਆਫ ਕਰਕੇ ਫਿਰ ਤੁਹਾਨੂੰ ਚਲਾ ਕੇ ਦਿਖਾਉਂਦੇ ਹਾਂ ਕਿਵੇਂ ਦੀਆਂ ਲੱਗਦੀਆਂ ਨੇਗੀਆਂ। ਅਤੇ ਇੱਕ ਮਿੰਟ ਕਰਿਓ ਵੇਟ, ਇੱਕ ਮਿੰਟ ਪਹਿਲਾਂ ਸਵਿੱਚ ਲਵਾ ਦੀ ਚਲਾ ਦੀਏ। ਚਲਾ ਦੀ ਇਹਨਾਂ ਦਾ ਜੀ ਬਲੂਆਂ ਦਾ, ਅਤੇ ਕਰੋ ਚੈੱਕ ਕਿਵੇਂ ਲੱਗਦੀਆਂ ਨੇਗੀਆਂ। ਲਾਈਟ ਬੰਦ ਕਰਕੇ ਵੀ ਤੁਹਾਨੂੰ ਦਿਖਾ ਦਿੰਦੇ ਆ, ਅਤੇ ਆਹ ਦੇਖੋ ਕਰੋ ਚੈੱਕ, ਲੱਗ ਗਈ ਸਿਰਾ ਗੱਲਬਾਤ। ਅਤੇ ਆਹ ਜਿਹੜੀ ਇੱਧਰ ਹੈਗੀ, ਇੱਧਰ ਹੀ ਨਿਉਣ ਥੋੜ੍ਹੀ ਜਿਹੀ ਲਾਈਟ ਐਡ ਘੱਟ ਗਈ ਸੀਗੀ, ਇਹ ਜੋ ਕਿ ਹਜੇ ਮਿਲੀ ਨਹੀਂ ਹੈਗੀ ਕਿਤੇ ਤੋਂ ਵੀ, ਸਾਰੇ ਕਿਤੇ ਘੁੰਮ ਲਏ, ਰੈੱਡ ਨੇ ਹੁਣ ਕਿਤੇ ਨਹੀਂ ਮਿਲੀ ਹੈਗੀ। ਇੱਧਰ ਫੁੱਲ ਪੂਰੀ ਆ ਗਈ ਸੀਗੀ ਅਤੇ ਮੂਹਰੇ ਵੀ ਆ ਗਈ ਸੀ ਫੁੱਲ, ਅਤੇ ਉੱਪਰ ਉੱਪਰ ਆਪਣੇ ਸਕਾਈ ਬਲੂ ਹੀ ਲਾਈ ਹੈਗੀ ਸਾਰੇ ਕਿਤੇ। ਅਤੇ ਅਜੇ ਪਿੱਛੋਂ ਫੋਟੋ ਆਉਣੀ ਰਹਿੰਦੀ ਹੈਗੀ, ਫੋਟੋ ਆਜੂਗੀ ਆਪਣੇ ਵੇਖ ਕੱਲ੍ਹ ਨੂੰ, ਅਤੇ ਫਿਰ ਪਿੱਛੋਂ ਫੋਟੋ ਲਾ ਕੇ ਅਤੇ ਫੋਟੋ ਦਾ ਵੀ ਫਰੇਮ ਬਣਾਇਆ ਹੈਗਾ ਇੱਕ, ਅਤੇ ਫੋਟੋ ਵੀ ਤੁਹਾਨੂੰ ਦਿਖਾਵਾਂਗੇ, ਫੋਟੋ ਬਹੁਤ ਸਿਰਾ ਲਾਈ ਹੋਈ ਹੈਗੀ। ਅਤੇ ਬਾਕੀ ਤਾਂ ਕੱਲ੍ਹ ਹੋਰਨ ਵੀ ਕਸਣੇ ਨੇਗੇ, ਅਤੇ ਟਾਇਰਾਂ ਦਾ ਹਜੇ ਕੀਤਾ ਹੋਇਆ ਪਤਾ, ਟਾਇਰਾਂ ਦਾ ਹਜੇ ਬੰਦਾ ਕਿਤੇ ਗਿਆ ਹੋਇਆ ਬਾਹਰ ਜਿੱਥੋਂ ਟਾਇਰ ਲਿਆਉਣੇ ਹੁੰਦੇ ਵੀ ਚੱਕ ਕੇ, ਅਤੇ ਜੋ ਟਾਇਰ ਆ ਕੇ ਟਾਇਰ ਵੀ ਪਾ ਦੇਵਾਂਗੇ ਉਹੀ ਨਾਲ ਦੀ ਨਾਲ, ਟਾਇਰ ਪਾਉਣਾ ਥੋੜ੍ਹਾ 10 ਮਿੰਟ ਦਾ ਕੰਮ ਹੈਗਾ। ਅਤੇ ਚਲੋ ਮਿਲਦੇ ਹਾਂ ਸਵੇਰੇ, ਅਤੇ ਸਵੇਰੇ ਤੁਹਾਨੂੰ ਦਿਖਾਵਾਂਗੇ ਛਾਤਰੀ ਛੁਤਰੀ ਕਸਾਂਗੇ ਅਤੇ ਇਹਦੀ, ਅਤੇ ਸਵੇਰੇ ਦੇਖਦੇ ਹਾਂ ਟਰਾਲੀ ਦੇ ਵੀ ਪਾਉਂਦੇ ਹਾਂ ਤਰਪਾਲ ਤਰਪੂਲ ਕਿਤੇ ਤੋਂ ਦੇਖ ਕੇ। ਕਲਰ ਦੇਖਿਓ ਇੱਕ ਵਾਰੀ ਕਿੰਨੇ ਕਿਵੇਂ ਲੱਗਿਆ ਲਾਈਟਾਂ ਦਾ, ਅਤੇ ਚਲੋ ਮਿਲਦੇ ਹਾਂ ਸਵੇਰੇ। ਅਤੇ ਹੁਣ ਲੱਗ ਸੌਣ ਦੀਆਂ ਤਿਆਰੀਆਂ, ਥੱਕੇ ਪਏ ਹਾਂ ਪੂਰੇ, ਸਾਰਾ ਦਿਨ ਹੋ ਗਿਆ ਜੀ ਕੰਮ ਕਰਦੇ ਨੂੰ, ਅਤੇ ਉੱਪਰੋਂ ਪੱਟਾਂ ਲਾ ਕੇ ਬੰਦ ਕਰਨਾ ਇਹਦਾ, ਉਸ ਤੋਂ ਬਾਅਦ ਛਾਤਰੀ ਕਰ ਦੇਵਾਂਗੇ, ਅਤੇ ਫਿਰ ਪਿੱਛੇ ਫੋਟੋ ਜਦੋਂ ਆ ਗਈ ਫੋਟੋ ਲਾ ਦੇਵਾਂਗੇ, ਚਾਰ ਚਾਰ ਪੇਚ ਲੱਗਣਗੇ ਫੋਟੋ ਦੇ, ਫੋਟੋ ਕੱਸ ਕੇ ਲਾ ਦਾਂਗੇ ਸਿਰਾ, ਗੱਲਬਾਤ ਬਣਾ ਦਿਆਂਗੇ ਕੱਲ੍ਹ। ਅਤੇ ਵਿੱਚ ਵਿੱਚ ਮੁੰਡਿਆਂ ਦੀ ਸਲਾਹ ਆ ਰਹੀ ਕਹਿੰਦੇ ਛਾਤਰੀ ਖੋਲ੍ਹ ਕੇ ਚੱਲਾਂਗੇ, ਅਤੇ ਪਰ ਇੱਕ ਸਲਾਹ ਹੈਗੀ ਵੀ ਤੁਹਾਨੂੰ ਪਤਾ ਅਨੰਦਪੁਰ ਕਨੀ ਪਹਾੜੀ ਏਰੀਏ ਆ, ਉੱਥੇ ਕੋਈ ਪਤਾ ਹੀ ਨਹੀਂ ਹੁੰਦਾ ਕਦੋਂ ਮੀਂਹ ਮੂੰਹ ਜਾਂ ਡਿੱਗਣ ਲੱਗ ਜਾਵੇ, ਕਿਤੇ ਔਖਾ ਨਾ ਹੋ ਜਾਵੇ। ਅਤੇ ਬਾਕੀ ਸਵੇਰੇ ਦੇਖਦੇ ਹਾਂ ਕੀ ਪਤਾ ਮੈਨੂੰ ਖੋਲ੍ਹਦੇ ਹਾਂ ਜਾਂ ਫਿਰ ਕਸਮੀ ਹੋਊਗੀ ਛਾਤਰੀ। ਅਤੇ ਬਸ ਮੇਰੀ ਤਾਂ ਸਲਾਹ ਹੈਗੀ ਵੀ ਹਾਂ ਛਾਤਰੀ ਲਾ ਕੇ ਲੈ ਕੇ ਚੱਲਦੇ ਹੈਗੇ, ਅਤੇ ਬਾਕੀ ਸਵੇਰੇ ਦੇਖਦੇ ਹਾਂ ਕੀ ਬਣਦਾ ਹੈਗਾ। ਅਤੇ ਚਲੋ ਮਿਲਦੇ ਹਾਂ ਸਵੇਰੇ ਤੁਹਾਨੂੰ, ਅਤੇ ਸਵੇਰੇ ਦੇਖਦੇ ਹਾਂ ਕੀ ਸਲਾਹ ਬਣ ਜਾਏਗੀ ਛਾਤਰੀ ਦੀ ਵੀ। ਅਤੇ ਚਲੋ ਓਕੇ, ਲਾਈਟਾਂ ਤੁਹਾਨੂੰ ਦਿਖਾ ਦਿੱਤੀ ਨੇ, ਚਲਾ ਕੇ ਇੱਕ ਵਾਰੀ ਹੋਰ ਦਿਖਾ ਦਿੰਦੇ ਹੈਗੇ। ਲਾਈਟ ਆਫ, ਉਹ ਨੀਚੇ ਵਾਲਾ ਪੈਡਮੈਨ ਥੋੜ੍ਹਾ ਜਿਹਾ ਘੱਟ ਦਿਖਦਾ ਹੈਗਾ, ਉਹ ਸ਼ੀਟ ਕਰਕੇ ਲੁਕ ਜਾਂਦਾ ਹੈਗਾ, ਪਰ ਹੈ ਘੈਂਟ ਉਹ ਵੀ। ਅਤੇ ਚਲੋ ਮਿਲਦੇ ਹਾਂ ਸਵੇਰੇ, ਲਾਈਟ ਆਨ। ਅਤੇ ਇੱਕ ਹੋਰ ਤੁਹਾਨੂੰ ਗੱਲ ਦੱਸਾਂ, ਜਦੋਂ ਦਾ ਇਹ ਲਾਇਆ ਕਹਿਣਾ ਅਤੇ ਸਾਰਾ ਅੱਲਾਂ ਤੋਂ ਕਵਰ ਕੀਤਾ, ਉਸ ਤੋਂ ਬਾਅਦ ਬੇਸ ਦੀ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਬਣੀ ਹੈਗੀ ਨਾ, ਜਿਹੜਾ ਛੱਡੋ ਤੋਂ ਗੱਲਾਂ ਵਾ, ਤੁਹਾਨੂੰ ਮੈਂ ਸੁਣਾ ਨਹੀਂ ਸਕਦਾ ਹੈਗਾ ਵਲੋਗ ਦੇ ਵਿੱਚ, ਨਹੀਂ ਤੁਹਾਨੂੰ ਮੈਂ ਕੁਆਲਿਟੀ ਜ਼ਰੂਰ ਸੁਣਾਉਂਦਾ ਸਾਊਂਡ ਦੀ, ਬਹੁਤ ਵਧੀਆ ਕੁਆਲਿਟੀ ਬਣ ਗਈ ਅਤੇ ਬੇਸ ਵੀ ਬਹੁਤ ਜ਼ਿਆਦਾ ਗੂੰਜਣ ਲੱਗ ਗਈ। ਅਤੇ ਚਲੋ ਸਵੇਰੇ ਮਿਲਦੇ ਹੈਗੇ, ਹੁਣ ਬਹੁਤ ਹੋ ਗਿਆ ਅਤੇ ਦੇਖਦੇ ਸਵੇਰੇ ਕੀ ਬਣਦਾ ਹੈਗਾ। ਚਲੋ ਇੰਨੇ ਓਕੇ, ਬਾਏ ਬਾਏ, ਟਾਟਾ, ਸਵੇਰੇ ਮਿਲਦੇ ਹੈਗੇ ਮੋਰਨਿੰਗ 'ਚ। ਹੋ ਗਿਆ ਸੀ ਰੈਡੀ।
ਤੇ ਹੁਣ ਆਏ ਹੋਏ ਸੀ ਖੇਤ ਆਲੂ ਚੱਕਣਾ ਤੇ ਨਾਲ ਆਇਆ ਸਿੰਪੀ ਵਾਲਾ ਚਿਕ ਨਹੀਂ ਰਿਹਾ ਤੂੰ ਤੇ ਖੇਤ ਆਏ ਹੋਏ ਆਲੂ ਚੱਕਣਾ ਤੇ ਟਰਾਲੀ ਕਰਾਂਗੇ ਕੱਲੂ ਤਿਆਰ ਟਰਾਲੀ ਲੈ ਜਾਂਦੀ ਸੀ ਤੇ ਸਵੇਰੇ ਫੋਟੋ ਲੈਂਦੀ ਗਈ ਲਵਾਉਣੀ ਮਿਲੀ ਨਹੀਂ ਗਈ ਅੱਜ ਵੀ ਕੱਲ ਸਵੇਰੇ ਮਿਲੂਗੀ ਸਰ ਮੈਂ ਕਿਹਾ ਸਲਾਹ ਲਵਾ ਕੇ ਪਲਾਈ ਉੱਤੇ ਤੇਰਾ ਉਹਨੂੰ ਦੇ ਆਏ ਸੀਗੇ ਸਤੀਸ਼ ਨੂੰ ਅਤੇ ਹੁਣ ਸਾਡੇ ਲੇਬਰ ਆਉਣ ਵਾਲੀ ਹੈਗੀ ਟਾਈਮ ਕਿੰਨਾ ਹੋ ਗਿਆ ਓਏ ਟਾਈਮ ਬਾਈ ਸਵਾ ਕੁ ਸੱਤ ਦੇ ਨੇੜੇ ਤੇੜੇ ਅਤੇ ਨੌ ਹੋ ਗਏ ਅੱਜ ਲਾ ਕੇ ਕੰਮ ਅਤੇ ਕਾਲੂ ਪਾ ਕੇ ਤਰਪਾਲ ਉਸ ਤੋਂ ਬਾਅਦ ਚੱਲਾਂਗੇ ਅਨੰਦਪੁਰ ਅਤੇ ਚਲੋ ਮਿਲਦੇ ਹੈਗੇ लो मित्रों अपना बी एड इंजन हो गया कहते आनंदपुर वास्ते रेडी ट्राला ट्रूला भी करता अपने तैयार बाकी ओके की रिपोर्ट आए ना देखो एक आ पिछे लानी रहेगी फोटो ये अंदर पहिया वो आप लाने हूँ बाकी ट्राला ट्रूला देखो तुम पूरा तक्कड़ तैयार करे अपने बिच पराली पलूली भी पाने पिछे उस्ताद पराली पलूली बिच सिटी आ रही बाकी ओके की रिपोर्ट आ तो वो फोटो लाने हूँ अंदर पैया लो या फोटो लगेगा अपनी पेटी के पिछे सोनी भाई की प्लेट ला रहे हैं चलो आ भी फोटो ला दी अपने पिछे तो ये पेज पूज ला के लान लग गया इनू लगे पे अत हुई तो जो स्कूल में उठे उन्होंने भी फिर अतवादी कहने ने क्या बात है ओके आ रह गया बस एक ओके बाबे बस ट्राली रह गई बम्मे आह पलारी पानी ए टू जेड कम निबल गया तैयार हो गए कपड़े कुपड़े पा लिए तुरना आनंदपुर साहब न ट्राली के गद्दे गुद्दे रखते ट्राली पलूरी पाती करता ओके झंडे झुंडे लाते तो तैयारी बस तो फोटो फोटो भी लाती थी करती थी फिट तो बस हूँ तो आपका ही तैयार होना रह गया आ भी चलिया तैयार होना देखो हाल मूँह रगड़ के धोने सिर सुर भी धोने चावान ले चावान ना इन किन्ने दिन हो गए मैं कल ना तो चलो मिल देगा हूँ जो चलन लगे इतों है ना चल लंघ तू भी हूँ करे ओके बाय।